ਅਸੀਂ ਗੱਲ ਕਰਾਂਗੇ ਰੋਗਾਂ ਦੇ ਨਿਵਾਰਨ ਦੇ ਲਈ ਇੱਕ ਬਹੁਤ ਹੀ ਖਾਸ ਟੋਟਕਾ ਤੁਹਾਨੂੰ ਦੱਸਣ ਜਾ ਰਹੇ ਹਾਂ, ਨਾਲ ਹੀ ਨਾਲ ਕੁੰਡਲੀ ਦਾ ਵਿਸ਼ਲੇਸ਼ਣ ਵੀ ਤੁਹਾਨੂੰ ਦੱਸਾਂਗੇ। ਸਭ ਤੋਂ ਪਹਿਲਾਂ ਤਾਂ ਇਨਸਾਨ ਦਾ ਜਿਹੜਾ ਯਕਰਤ ਤੇ ਤਿੱਲੀ ਯਾਨੀ ਕਿ ਬਾਡੀ ਦੇ ਜਿਹੜੇ ਮੇਨ ਪਾਰਟਸ ਨੇ ਇਨਸਾਨ ਦੇ ਰੋਗਾਂ ਨਾਲ ਸੰਬੰਧਿਤ, ਉਹਦੇ ਵਿੱਚ ਜਦੋਂ ਵੀ ਅਸਮਾਨਤਾ ਹੁੰਦੀ ਹੈ ਉਹ ਵੱਡੇ ਛੋਟੇ ਹੋ ਜਾਂਦੇ ਆ, ਲਿਵਰ ਤੇ ਜਿਗਰ ਦੀ ਜਦੋਂ ਪ੍ਰੋਬਲਮ ਆਉਂਦੀ ਹੈ ਤਾਂ ਐਸੀ ਹਾਲਤ ਦੇ ਵਿੱਚ ਜਿਹੜਾ ਹੈ ਮੰਗਲ ਦੇ ਮਾੜੇ ਪ੍ਰਭਾਵ ਕੁੰਡਲੀ ਦੇ ਵਿੱਚ ਸਾਫ਼ ਨਜ਼ਰ ਆਉਂਦੇ ਆ, ਜਿਹਦੇ ਕਾਰਨ ਇਹ ਪ੍ਰੋਬਲਮ ਆਉਂਦੀ ਹੈ। ਇਹਨੂੰ ਠੀਕ ਕਰਨ ਦੇ ਲਈ ਜਿਹੜਾ ਹੈ ਮੰਗਲ ਯੰਤਰ ਨੂੰ ਜੇ ਤੁਸੀਂ ਬਣਵਾ ਕੇ ਗਲੇ 'ਚ ਧਾਰਨ ਕਰਦੇ ਹੋ, ਸਿੱਧ ਕਰਵਾ ਕੇ, ਤਾਂ ਬਹੁਤ ਵਧੀਆ ਸਾਬਤ ਹੋ ਸਕਦਾ। ਨਾਲ ਦੀ ਨਾਲ ਤੁਸੀਂ ਮੰਗਲ ਦੇ ਮੰਤਰ ਦਾ ਵੀ ਜਾਪ ਕਰੋ ਤਾਂ ਬਹੁਤ ਲਾਭਕਾਰੀ ਹੋ ਜਾਂਦਾ। ਮੰਗਲਵਾਰ ਵਾਲੇ ਦਿਨ ਮੰਗਲ ਦੀ ਖੋਰਾ ਦੇ ਵਿੱਚ ਸੋਨੇ ਦੀ ਇੱਕ ਅੰਗੂਠੀ ਜਿਹੜੀ ਹੈਗੀ ਹੈ ਉਹ ਗਾਂ ਦੇ ਦੁੱਧ ਦੇ ਵਿੱਚ 9 ਵਾਰੀ ਡੁਬਾਉਣੀ ਹੈ। 9 ਵਾਰੀ ਡੁਬੋ ਕੇ ਉਦੋਂ ਬਾਅਦ ਤੁਸੀਂ ਦੁੱਧ ਨੂੰ ਪੀ ਸਕਦੇ ਹੋ, ਜਾਂ ਫਿਰ ਲਾਲ ਰੰਗ ਦਾ ਹਕੀਰ ਜਾਂ ਲਾਲ ਰੰਗ ਦਾ ਮੂੰਗਾ ਧਾਰਨ ਕਰਦੇ ਹੋ ਤਾਂ ਰੋਗਾਂ ਦੇ ਨਿਵਾਰਨ ਦੇ ਲਈ ਇਹ ਬਹੁਤ ਵਧੀਆ ਉਪਾਅ ਹੈਗਾ। ਬਹੁਤ ਜ਼ਿਆਦਾ ਕਸ਼ਟ ਅਤੇ ਪੀੜਾ ਹੁੰਦੀ ਹੈ ਤਾਂ 8 ਮੁਖੀ ਰੁਦਰਾਕਸ਼, ਇੱਕ ਸਿੱਧ ਕੀਤਾ ਹੋਇਆ ਅਸਲੀ ਜਿਹੜਾ, ਉਹਨੂੰ ਧਾਰਨ ਕਰਦੇ ਹੋ ਤਾਂ ਰੋਗਾਂ ਦੇ ਵਿੱਚ ਲਾਭ ਹੁੰਦਾ ਹੈ। ਇਹ ਉਹਨਾਂ ਬੰਦਿਆਂ ਦੇ ਲਈ ਆਪਾਂ ਰੋਗ ਨਿਵਾਰਨ ਦੇ ਲਈ ਕਰ ਸਕਦੇ ਹਾਂ ਜਿਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ। ਜਿਹੜਾ ਦੁੱਧ ਨੂੰ ਪੀਣ ਵਾਲਾ ਫਾਰਮੂਲਾ ਸੋਨੇ ਨੂੰ ਡੁਬੋ ਕੇ, ਸੋਨੇ ਦੀ ਅੰਗੂਠੀ ਨੂੰ ਡੁਬੋ ਕੇ, ਉਹਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅੰਗੂਠੀ ਨੂੰ ਪਹਿਲਾਂ ਸਾਫ਼ ਕਰਕੇ 3 ਘੰਟੇ ਨਮਕ ਵਾਲੇ ਪਾਣੀ 'ਚ ਪਾ ਕੇ ਰੱਖੋ ਤਾਂ ਕਿ ਨੈਗੇਟਿਵ ਐਨਰਜੀ ਅਤੇ ਜਿੰਨੇ ਵੀ ਕੀਟਾਣੂ ਹੈਗੇ ਆ ਉਹ ਖਤਮ ਹੋ ਜਾਣ ਅਤੇ ਕੋਈ ਵੀ ਪ੍ਰੋਬਲਮ ਨਾ ਆਵੇ। ਸੋ ਅੱਜ ਕੱਲ੍ਹ ਜਿੱਦਾਂ ਰੋਗਾਂ ਦੀ ਫਿਰ ਇੱਕ ਵਾਰੀ ਦੁਬਾਰਾ ਲਹਿਰ ਚੱਲ ਚੁੱਕੀ ਹੈ, ਸੋ ਹਰ ਇਨਸਾਨ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੇ ਆਪ ਨੂੰ ਠੀਕ ਰੱਖਣਾ। ਫਿਲਹਾਲ ਦੱਸ ਦਈਏ ਕਿ ਜਿਹੜੇ ਵੀ ਲੋਕ ਬਚਣਾ ਚਾਹੁੰਦੇ ਆ ਰੋਗਾਂ ਤੋਂ, ਆਪਣੇ ਇਮਿਊਨ ਨੂੰ ਸਟਰੋਂਗ ਰੱਖਣ ਅਤੇ ਕੁੰਡਲੀ ਨੂੰ ਟਾਈਮ ਟੂ ਟਾਈਮ ਜ਼ਰੂਰ ਦਿਖਾਉਂਦੇ ਰਹਿਣ ਤਾਂ ਕਿ ਤੁਹਾਡੇ ਇਮਿਊਨ 'ਚ ਕੋਈ ਪ੍ਰੋਬਲਮ ਨਾ ਆਵੇ ਅਤੇ ਤੁਹਾਨੂੰ ਰੋਗ ਨਾ ਹੋਣ। ਇੱਕ ਬਹੁਤ ਹੀ ਖਾਸ ਉਪਾਅ ਦੱਸਣ ਜਾ ਰਹੇ ਹਾਂ, ਹਰ ਸੋਮਵਾਰ ਸਾਰੇ ਹੀ ਤੁਸੀਂ ਲੋਕ ਕਰਿਆ ਕਰੋ ਕਿ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਮੈਂਬਰਸ ਹੈਗੇ ਆ, ਉਨੇ ਮੈਂਬਰਸ ਪਲੱਸ ਜਿੰਨੇ ਵੀ ਤੁਹਾਡੇ ਘਰ ਦੇ ਵਿੱਚ ਕੋਈ ਗੈਸਟ ਆਉਂਦੇ ਆ, ਉਹ ਮਿਲਾ ਕੇ ਇੱਕ ਐਵਰੇਜ ਨੰਬਰ ਕੱਢ ਲਓ। ਵੀ ਜੇ ਮੰਨ ਲਓ ਤੁਹਾਡੇ ਘਰ ਦੇ 5 ਮੈਂਬਰ ਆ, ਇੱਕ ਗੈਸਟ ਰੋਜ਼ ਆ ਜਾਂਦਾ ਤਾਂ 6 ਜਣੇ ਟੋਟਲ ਹੋ ਗਏ। ਸੋਮਵਾਰ ਵਾਲੇ ਦਿਨ ਸ਼ਾਮ ਨੂੰ ਤੁਸੀਂ ਜਿਹੜਾ ਹੈਗਾ ਗੁੜ ਪਾ ਕੇ ਆਟੇ ਦੇ ਵਿੱਚ ਉਹਨੂੰ ਗੁੰਨ ਕੇ, ਉਦੋਂ ਬਾਅਦ ਗੁੜ ਵਾਲੀਆਂ ਤੁਸੀਂ ਰੋਟੀਆਂ ਬਣਾਉਣੀਆਂ ਅਤੇ ਰੋਟੀਆਂ ਨੂੰ ਤੁਸੀਂ ਜਿਹੜਾ ਹੈ ਸਿੱਧੇ ਅੱਗ ਦੇ ਉੱਤੇ ਸੇਕਣੀਆਂ। 6 ਰੋਟੀਆਂ ਬਣਾ ਕੇ ਉਦੋਂ ਬਾਅਦ ਸਾਰਿਆਂ ਦਾ ਹੱਥ ਲਵਾ ਕੇ ਦੇਸੀ ਘਿਓ ਨਾਲ ਚੋਪੜ ਕੇ ਰਾਤੀ ਸੌਣ ਲੱਗਿਆਂ ਸਿਰਹਾਣੇ ਰੱਖ ਲਓ। ਮੰਗਲਵਾਰ ਸਵੇਰੇ ਉੱਠ ਕੇ 2 ਰੋਟੀਆਂ ਗਾਂ ਨੂੰ ਪਾਓ, 2 ਪੰਛੀਆਂ ਨੂੰ ਪਾਓ, 2 ਡੋਗਸ ਨੂੰ ਪਾਓ। ਸੋ ਇਹਦੇ ਨਾਲ ਤੁਹਾਡਾ 1 ਹਫ਼ਤਾ ਤੁਸੀਂ ਦੇਖੋਗੇ ਕਿ ਘਰੇ ਕੋਈ ਰੋਗ ਨਹੀਂ ਹੋਊਗਾ ਅਤੇ ਬਿਮਾਰੀਆਂ 'ਚ ਪੈਸਾ ਵੇਸਟ ਨਹੀਂ ਹੋਏਗਾ। ਇਹ ਸਾਡਾ ਇੱਕ ਪ੍ਰੈਕਟੀਕਲੀ ਅਜ਼ਮਾਇਆ ਹੋਇਆ ਟੋਟਕਾ ਜਿਹਦਾ ਬਹੁਤ ਜ਼ਿਆਦਾ ਅਸੀਂ ਅਸਰ ਵੀ ਦੇਖਿਆ। ਸੋ 1 ਹਫ਼ਤੇ ਬਾਅਦ ਫਿਰ ਇਹਨੂੰ ਤੁਸੀਂ ਟਾਈਮ ਟੂ ਟਾਈਮ ਰਿਪੀਟ ਕਰਦੇ ਰਹੋ ਅਤੇ ਇਹਦੇ ਨਾਲ ਬਿਲਕੁਲ ਠੀਕ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ। ਦੂਜੀ ਗੱਲ, ਕਈਆਂ ਦੇ ਅਸੀਂ ਦੇਖਿਆ ਕਿ ਮਰੀਜ਼ ਬਹੁਤ ਹੀ ਜ਼ਿਆਦਾ ਮਾੜੀ ਹਾਲਾਤ ਦੇ ਵਿੱਚ ਹੁੰਦੇ ਆ ਹੋਸਪਿਟਲਸ ਦੇ ਵਿੱਚ, ਜਿੱਥੋਂ ਲੱਗਦਾ ਕਿ ਇਹ ਮਰੀਜ਼ ਠੀਕ ਹੋ ਪਾਏਗਾ ਕਿ ਨਹੀਂ ਠੀਕ ਹੋ ਪਾਏਗਾ, ਇੱਦਾਂ ਦੇ ਹਾਲਾਤ ਮਰੀਜ਼ ਦੇ ਬਣ ਜਾਂਦੇ ਆ। ਸੋ ਐਸੀ ਹਾਲਤ ਦੇ ਵਿੱਚ ਤੁਸੀਂ 43 ਦਿਨ ਤੱਕ ਦਰਸ਼ਕੋ ਜਿਹੜੀਆਂ ਤੰਦੂਰ ਦੀਆਂ ਲੱਗੀਆਂ ਹੋਈਆਂ ਰੋਟੀਆਂ, ਮਿੱਠੀਆਂ ਰੋਟੀਆਂ, ਉਹ ਕੁੱਤਿਆਂ ਨੂੰ 43 ਦਿਨ ਤੱਕ ਪਾਈ ਚੱਲੋ ਤੰਦੂਰ 'ਚ ਲੱਗੀਆਂ ਹੋਈਆਂ, ਤਾਂ ਉਹਦੇ ਨਾਲ ਵੀ ਜਿਹੜਾ ਹਾਲਾਤ ਠੀਕ ਬਣਦੇ ਆ ਪੇਸ਼ੈਂਟ ਦੇ, ਠੀਕ ਹੁੰਦੇ। ਸੋ ਇੱਦਾਂ ਦੇ ਛੋਟੇ ਛੋਟੇ ਉਪਾਅ ਕਰਦੇ ਰਹੋ। ਅਤੇ ਜਦੋਂ ਆਪਾਂ ਕੁੰਡਲੀ ਦੀ ਗੱਲ ਕਰਦੇ ਹਾਂ ਤਾਂ 2, 6, 7, 8 ਅਤੇ 12 ਘਰ ਦੇ ਸਵਾਮੀ ਅਤੇ ਖਾਸ ਤੌਰ 'ਤੇ 6 ਅਤੇ 8 ਦੇ ਉੱਤੇ ਮਾੜੇ ਗ੍ਰਹਿਆਂ ਦੀ ਦ੍ਰਿਸ਼ਟੀ ਜਿਹੜੀ ਹੈਗੀ ਆ ਉਹਦੇ ਕਾਰਨ ਹੀ ਇਨਸਾਨ ਬਿਮਾਰ ਹੁੰਦਾ, ਇਨਸਾਨ ਨੂੰ ਰੋਗ ਹੁੰਦੇ ਆ। ਸੋ ਐਸੀ ਹਾਲਤ ਦੇ ਵਿੱਚ ਉਹਨਾਂ ਦੇ ਤੁਸੀਂ ਗ੍ਰਹਿਆਂ ਦਾ ਦਾਨ ਕਰੋ, ਹਰ ਮਹੀਨੇ ਦੇ ਵਿੱਚ ਕਿਸੇ ਨਾ ਕਿਸੇ ਨੀਡੀ ਬੰਦੇ ਨੂੰ ਰਾਸ਼ਨ ਦਿਓ, ਸੰਬੰਧਿਤ ਪਲਾਂਟਸ ਲਗਾਓ। ਜਦੋਂ ਇਹ ਚੀਜ਼ਾਂ ਤੁਸੀਂ ਦਰਸ਼ਕੋ ਕਰਨੀਆਂ ਸ਼ੁਰੂ ਕਰੋਗੇ ਤਾਂ ਨਿਸ਼ਚਿਤ ਰੂਪ ਦੇ ਵਿੱਚ ਤੁਹਾਨੂੰ ਅੱਛਾ ਲਾਭ ਮਿਲਣਾ ਸ਼ੁਰੂ ਹੋ ਜਾਏਗਾ। ਸੋ ਦੱਸਿਓ ਸਾਡਾ ਅੱਜ ਦਾ ਐਪੀਸੋਡ ਕਿੱਦਾਂ ਲੱਗਿਆ, ਜੇ ਵਧੀਆ ਲੱਗਿਆ ਤਾਂ ਇਹਨੂੰ ਤੁਸੀਂ ਦਰਸ਼ਕਾਂ ਤੱਕ ਜ਼ਰੂਰ ਸ਼ੇਅਰ ਕਰਿਓ, ਦੋਸਤਾਂ ਤੱਕ, ਤਾਂ ਕਿ ਤੁਹਾਡੀ ਲਾਈਫ ਵਧੀਆ ਰਹੇ। ਸਾਨੂੰ ਮਿਲਣਾ ਹੋਵੇ ਤਾਂ ਟਾਈਮ ਲੈ ਕੇ ਨਾਮ ਨੋਟ ਕਰਾ ਕੇ ਆ ਕੇ ਮਿਲ ਸਕਦੇ ਹੋ, ਜਾਂ ਟੈਲੀਫੋਨਿਕ ਅਪੁਆਇੰਟਮੈਂਟ ਵੀ ਲੈ ਸਕਦੇ ਹੋ। ਜਾਣ ਤੋਂ ਪਹਿਲਾਂ ਇਹੀ ਕਹਾਂਗੇ, ਸਭ ਤੋਂ ਵੱਡਾ ਦਰਜਾ ਮਾਂ ਦਾ, ਜਦੋਂ ਵੀ ਘਰੋਂ ਜਾਂਦੇ ਹੋ ਮਾਂ ਦੇ ਚਰਨ ਛੁਕੇ ਜਾਈਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਈਓ, ਗੁਰੂ ਜੀ ਦੇ ਦੱਸੇ ਰਸਤੇ 'ਤੇ ਚੱਲਿਓ, ਝੂਠ ਨਾ ਬੋਲਿਓ, ਗਾਲਾਂ ਨਾ ਕੱਢਿਓ, ਕਿਸੇ ਦਾ ਮਾੜਾ ਨਾ ਕਰਿਓ, ਤਕਦੀਰ ਬਹੁਤ ਵਧੀਆ ਹੋਜੂਗੀ। ਧੀਆਂ ਨੂੰ ਕੁੱਖਾਂ 'ਚ ਨਾ ਮਾਰਿਓ, ਹਰ ਘਰ ਦੇ ਬਾਹਰ ਇੱਕ ਪੇੜ ਜ਼ਰੂਰ ਲਗਾਇਓ, ਅਤੇ ਦਸਵੰਧ ਕੱਢ ਕੇ ਨੇਕਮਾਂ ਜ਼ਰੂਰ ਖਰਚ ਕਰਦੇ ਰਹੀਓ, ਲੋਕਾਂ ਨੂੰ ਰਾਸ਼ਨ ਵੰਡ ਕੇ ਮਦਦ ਕਰੋ, ਉਹਨਾਂ ਦੀ ਦਵਾਈਆਂ ਦੇ ਕੇ ਮਦਦ ਕਰੋ, ਤਾਂ ਕਿ ਕੋਈ ਵੀ ਬੰਦਾ ਮਦਦ ਤੋਂ ਵਾਂਝਾ ਨਾ ਰਹੇ। ਤੁਸੀਂ ਦੇਖੋਗੇ ਤੁਹਾਡੇ ਸਾਰੇ ਗ੍ਰਹਿ ਨਿਸ਼ਚਿਤ ਰੂਪ 'ਚ ਠੀਕ ਹੋ ਗਏ। ਅਸੀਂ ਦੱਸ ਦਈਏ ਕਿ ਸਾਡੀ ਇੱਕ ਵਿਸ਼ੇਸ਼ ਧੂਣੀ ਹੁੰਦੀ ਹੈ, ਇਹ ਵੀ ਤੁਸੀਂ ਲੈ ਕੇ ਜਗਾ ਕੇ ਆਪਣੇ ਨਜ਼ਰ ਦੋਸ਼, ਵਾਸਤੂ ਦੋਸ਼, ਤੰਤਰ ਦੋਸ਼, ਕੀਤਾ ਕਰਾਇਆ, ਇਹ ਸਭ ਦੂਰ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਅਤੇ ਜਦੋਂ ਵੀ ਸਾਡੇ ਕੋਲ ਆਉਂਦੇ ਹੋ, ਅਸੀਂ ਆਪਣੇ ਹੀ ਉਗਾਏ ਹੋਏ ਇੱਕ ਫਰੂਟ ਟ੍ਰੀ ਤੁਹਾਨੂੰ ਗਿਫਟ ਕਰਦੇ ਹਾਂ।
ਸੋ ਉਹ ਵੀ ਤੁਸੀਂ ਜ਼ਰੂਰ ਲੈਣਾ ਭੁੱਲਿਓ ਨਾ। ਤੇ ਕੱਲ ਫਿਰ ਮਿਲਦੇ ਹਾਂ ਇੱਕ ਨਵੇਂ ਵਿਸ਼ੇ ਦੇ ਨਾਲ। ਨਮਸਕਾਰ।